ਕਿਹੜੀ ਜਗ੍ਹਾ ਤੋਂ ਆਏ ਆ ਜੀ? ਅਸੀਂ ਬਲਾਕ ਜੀਰੇ ਤੋਂ ਆਏ ਆ ਜੀ, ਭਾਰਤੀ ਕਿਸਾਨ ਯੂਨੀਅਨ ਏਕਤਾ ਟਕਾਉਂਦਾ ਤੋਂ ਜੀ। ਠੀਕ ਹੈ। ਅਸੀਂ ਜਥੇਬੰਦੀ ਵੱਲੋਂ ਪੂਰਨ ਤੌਰ ਤੇ ਵਿਸ਼ਵਾਸ ਦਿਵਾਉਣੇ ਆ, ਅਸੀਂ ਵੱਧ ਤੋਂ ਵੱਧ ਇੱਥੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਪਦੇ ਸਾਥੀ ਲਿਆਵਾਂਗੇ। ਇਹ ਕੌਮੀ ਇਨਸਾਫ ਮੋਰਚੇ ਦਾ ਪੂਰਾ ਡਟ ਕੇ ਇਹਦਾ ਸਾਥ ਦੇਵਾਂਗੇ, ਕਿਸੇ ਵੀ ਤਰ੍ਹਾਂ ਕਿਸੇ ਵੀ ਪਾਸਿਓਂ ਅਸੀਂ ਪਿੱਛੇ ਨਹੀਂ ਹਟਾਂਗੇ। मोर्चे लई सरकार ने गल सुनिया नहीं बंदी सिंह दी सुन रहे ने जी, सरकार सारा कुछ पता है सरकार नूं, सरकार ही तां बंदे भेज रही है मोर्चे दा खंडन करन वास्ते जी। सरकार मतलब के अपने प्लांट कीते बंदे भेजदी आ सारिया मोर्चिया च, दिल्ली भी भेजे सी इत्थे भी भेज रही आ। बाकी जो इत्थे गुरु साहिब दी कृपा आ ते प्रधानियां दा रौला नहीं हैगा, सारे मतलब के इत्थे झंडे दे थले आ। छे जनवरी तो उलीके प्रोग्राम मुताबक जेड़ा सरकारां दी सुत्ती जमीर नूं जगाउण लई 31 सिंघां दा जथा इस ते तों भेजिया जांदा। अज ओह जथा भाई रणजीत सिंह चरनाथल ते भाई हरनेक सिंह ਭਲਮਾਜਰਾ ਉਹਨਾਂ ਦੀ ਅਗਵਾਈ ਵਿੱਚ ਇੱਕ ਜਥੇਬੰਦੀ ਵੱਲੋਂ ਹੀ ਕੌਮੀ ਇਨਸਾਫ ਮੋਰਚੇ ਦੇ ਬੈਨਰ ਥੱਲੇ ਉਹ ਸੀਐਮ ਦੀ ਕੋਠੀ ਵੱਲ ਚਾਲੇ ਪਾ ਰਿਹਾ, ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਇਸ ਜਥੇ ਨੂੰ ਰਵਾਨਗੀ ਦਿੱਤੀ ਗਈ ਹੈ। ਇਹ ਜਥਾ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਹੋਇਆ ਉਸ ਸਰਕਾਰਾਂ ਦੀ ਸੁੱਤੀ ਜ਼ਮੀਰ ਨੂੰ ਜਗਾਉਣ ਲਈ ਜਿੱਥੇ ਵੀ ਪ੍ਰਸ਼ਾਸਨ ਰੋਕੇਗਾ ਉੱਥੇ ਬਹਿ ਕੇ ਨਾਮ ਸਿਮਰਨ ਕਰੇਗਾ, ਉਸ ਤੋਂ ਬਾਅਦ ਅਰਦਾਸ ਕਰਕੇ ਵਾਪਸੀ ਕਰੇਗਾ। ਸੋ ਮੈਂ ਬੇਨਤੀ ਕਰਾਂਗਾ ਜਥੇ ਦੇ ਅਗਵਾਈ ਕਰਨ ਵਾਲੇ ਆਗੂਆਂ ਨੂੰ, ਭਾਈ ਰਣਜੀਤ ਸਿੰਘ ਜੀ ਦੋ ਸ਼ਬਦ ਕਹਿਣਗੇ, ਭਾਈ ਹਰਨੇਕ ਸਿੰਘ ਜੀ ਦੋ ਸ਼ਬਦ ਕਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਰਣਜੀਤ ਸਿੰਘ ਚਨਾਥਕਲਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਸੁੱਤੀ ਹੋਈ ਸਰਕਾਰ ਨੂੰ ਜਗਾਉਣ ਵਾਸਤੇ ਜੋ 31 ਸਿੰਘਾਂ ਦਾ ਜਥੇਬੰਦਕ 7 ਤਰੀਕ ਤੋਂ ਲਗਾਤਾਰ ਜਾ ਰਿਹਾ ਹੈ, ਉਸ ਵਿਚ ਸਾਨੂੰ ਵੀ ਸੇਵਾ ਦਾ ਮੌਕਾ ਮਿਲਿਆ। ਅਸੀਂ ਕ੍ਰਾਂਤੀਕਾਰੀ ਡਾਕਟਰ ਦਸਨਪਾਲ ਦੀ ਟੀਮ ਵੱਲੋਂ ਆਪਣੀ ਤਨ ਮਨ ਨਾਲ ਸੇਵਾ ਕਰਦੇ ਹਾਂ। 7 ਤਰੀਕ ਤੋਂ ਇੱਥੇ ਟਰਾਲੀਆਂ ਵੀ ਖੜੀਆਂ ਨੇ, ਹੁਣ ਵੀ ਅਸੀਂ ਜਦੋਂ ਤੱਕ ਇਹ ਬੰਦੀ ਸਿੰਘਾਂ ਨੂੰ ਰਿਹਾਈ ਕਰਦੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਇਨਸਾਫ਼ ਨਹੀਂ ਮਿਲਦਾ, ਦੋਸ਼ੀਆਂ ਨੂੰ ਫੜਿਆ ਨਹੀਂ ਜਾਂਦਾ, ਉਸ ਟਾਈਮ ਤੱਕ ਅਸੀਂ ਤਨ ਮਨ ਧਨ ਨਾਲ ਸੇਵਾ ਕਰਦੇ ਰਹਾਂਗੇ ਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਵਿਚ ਅਸੀਂ ਪੂਰਾ ਯੋਗਦਾਨ ਦਵਾਂਗੇ। ਪ੍ਰਧਾਨ ਅਸੀਂ ਆਪਣੀ ਜਥੇਬੰਦੀ ਵੱਲੋਂ ਕ੍ਰਾਂਤੀਕਾਰੀ ਵੱਲੋਂ ਇਸ ਕੌਮੀ ਮੋਰਚੇ ਦਾ ਤਹਿ ਦਿਲੋਂ ਧੰਨਵਾਦ ਹਮਾਇਤ ਕਰਦੇ ਹਾਂ। ਜਿੰਨੀ ਦੇਰ ਇਨਸਾਫ਼ ਨਹੀਂ ਮਿਲਦਾ ਸੀ ਉਹਨਾਂ ਚਿਰ ਡਟ ਕੇ ਖੜਾ ਗਿਆ।